ਹਾਂਜੀ ਸਾਡੇ ਨਾਲ ਮੌਜੂਦ ਨੇ ਸ਼ਲਾਦਾ ਯੋ ਜਿਨ੍ਹਾਂ ਨੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਨਿਹਾਲ ਨਿਹਾਲ ਵਡੇਰਾ ਜੀ ਜਿੱਦਾਂ ਦੀ ਸਨੀ ਦਿਓਰ ਨੇ ਬੋਲੇ ਸੋਨੇ ਹਾਲ ਮੂਵੀ ਦੇ ਵਿੱਚ ਉਹਨਾਂ ਦਾ ਨਾਮ ਸੀ ਨਿਹਾਲ ਸਿੰਘ ਉਹਦਾ ਦਾ ਸ਼ਲਾਦਾ ਯੋਧ ਇਹਨਾਂ ਨੇ ਉਸ ਤੋਂ ਵੀ ਅੱਪ ਕੰਮ ਕਰ ਦਿੱਤਾ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅਸੀਂ ਜੀਣਾ ਚਾਹੁੰਦੇ ਨੇ ਨਿਹਾਲ ਜੀ ਸასი ਦਾ ਨਿਹਾਲ ਜੀ ਸਸਿਕਰਪਾਜੀ ਗਿਆਨ ਨੇ ਹਾਂ ਜੀ ਬਹੁਤ ਵਧੀਆ ਜੀ ਮਿਲ ਕੇ ਸਾਨੂੰ ਵੀ ਬੜੀ ਖੁਸ਼ੀ ਹੋਈ ਵੀ ਯੂਥ ਨਸ਼ੇ ਨੂੰ ਛੱਡ ਕੇ ਸਪੋਰਟਸ ਨੂੰ ਪ੍ਰਮੋਟ ਤੁਸੀਂ ਦਾ ਸ਼ਲਾਦਾ ਯੋਧ ਬੜਾ ਵੱਡੇ ਪੱਧਰ ਦਾ ਕੰਮ ਕਰਦਾ ਤੇ ਆਓ ਜਾਣਦੇ ਆ ਤੁਹਾਡੇ ਵਿਚਾਰ ਕੀ ਦੇਣਾ ਚਾਹੁੰਦੇ ਤੁਸੀਂ ਜੀ ਹਾਂ ਜੀ ਇਹ ਸਾਡਾ ਪਿਛਲੇ 2-3 ਦਿਨ ਪਹਿਲਾਂ ਸਾਡਾ ਮੈਚ ਹੋਇਆ ਸੀ ਲੁਧਿਆਣਾ ਤੇ ਬਠਿੰਡਾ ਦਾ ਅੰਡਰ 23 ਦਾ ਤੇ ਇਸ ਦੇ ਬੇਸਿਸ ਤੇ ਸਾਡੀ ਪੰਜਾਬ ਦੀ ਅੰਡਰ 23 ਸਟੇਟ ਦੀ ਟੀਮ ਬਣਨੀ ਹੈ ਤੇ ਮੈਂ ਪਹਿਲੇ ਦਿਨ ਤੇ ਮਤਲਬ ਡੇਢ ਦਿਨ ਟੋਟਲ ਬੈਟਿੰਗ ਕੀਤੀ ਤੇ 414 ਗੇਂਦਾਂ ਗੇਂਦਾਂ 'ਚ ਮੈਂ 578 ਰਨ ਬਣਾਏ ਸੀ ਜਿਦੇ ਵਿੱਚ 42 ਚੌਕੇ ਤੇ 37 ਛੱਕੇ ਸੀਗੇ ਤੇ ਬਹੁਤ ਮਜ਼ਾ ਆਇਆ بیٹنگ ਕਰਕੇ ਬਹੁਤ ਵਧੀਆ بیٹنگ ਹੋਈ ਸੀ ਤੇ ਬਹੁਤ ਵਧੀਆ ਲੱਗਿਆ ਇਹ ਜਾਣ ਕੇ ਕਿ ਮੈਂ ਇੱਕ ਵਰਲਡ ਰਿਕਾਰਡ ਬਣਾਇਆ ਇਹ ਤੀਸਰੇ ਪੱਧਰ ਤੇ ਵਿਸ਼ਵ ਦੇ ਵਿੱਚ ਪਹਿਲੇ ਪੱਧਰ ਤੇ ਪਤਾ ਤੁਹਾਨੂੰ ਤੇ ਸੈਕਿੰਡ ਪੱਧਰ ਤੇ ਦੱਸਿਓ ਮਾੜਾ ਸਾਡੇ ਜਿਹੜੇ ਪਹਿਲੇ ਤੇ ਦੂਜੀ ਪੋਜੀਸ਼ਨ ਤੇ ਨੇ ਉਹ ਮੈਂ ਸੁਣਿਆ ਹੈ ਕਿ ਉਹ ਸਕੂਲ ਲੈਵਲ ਦੇ ਮੈਚੇਸ ਸੀਗੇ ਤੇ ਜਿਹੜਾ ਬਟ ਮੈਂ ਇਹ ਕੀਤਾ ਇਹ ਮਤਲਬ ਸਾਡਾ ਪ੍ਰੋਫੈਸ਼ਨਲ ਕ੍ਰਿਕਟ ਸੀਗਾ ਹਾਂਜੀ ਤੇ ਮਤਲਬ ਉਸ ਦੇ ਪ੍ਰੋਫੈਸ਼ਨਲ ਕ੍ਰਿਕਟ ਦੇ ਅਕੋਰਡਿੰਗ ਮੈਂ ਮਤਲਬ ਨੰਬਰ 1 ਹਾਂ ਇਸ ਰਿਕਾਰਡ ਤੇ ਤੇ ਮਤਲਬ ਇਹ ਕੰਪੀਟਿਟ ਕੰਪੀਟਿਟਿਵ ਕ੍ਰਿਕਟ ਸੀਗੀ ਜਿਸ ਸਾਰੇ ਪ੍ਰੋਫੈਸ਼ਨਲ ਕ੍ਰਿਕਟਰ ਹੀ ਖੇਲ ਰਹੇ ਸੀਗੇ ਤੇ ਮਤਲਬ ਇਹ ਮਤਲਬ ਮੇਰੇ ਸਾਹਮਣੇਲੇ ਫਸਟ ਇਸ ਤੋਂ ਪਹਿਲਾਂ ਚੰਨ ਲਾਲ ਸਰ ਸੀਗੇ ਜਿਹੜੇ ਤੇ ਉਹਨਾਂ ਦਾ ਸੀਗਾ 502 ਰਨਾਂ ਦਾ ਰਿਕਾਰਡ ਤੇ ਉਸ ਤੋਂ ਤੇ ਉਹ મે ਰਿਕਾਰਡ ਤੋੜਿਆ ਤੇ 578 ਰਨ ਕੀਤੇ। ਨਿਹਾਲ ਜੀ ਕਿੰਨਾ ਜ਼ਰੂਰ ਮਹਿਸੂਸ ਹੋ ਰਿਹਾ ਤੁਹਾਡੀ ਫੈਮਲੀ ਨੂੰ ਤੁਹਾਨੂੰ ਲੋਕਾਂ ਦਾ ਕਿਵੇਂ ਦਾ ਪਿਆਰ ਮਿਲਦਾ ਹੈ ਤੁਹਾਡਾ ਆਟੋਗ੍ਰਾਫ ਲਿੱਤਾ ਜਾ ਰਿਹਾ ਕਿਵੇਂ ਦੇ ਦਿੰਦੇ ਹੋ ਤੁਸੀਂ ਇਹਨੂੰ ਜੀ ਆਬਵੀਅਸਲੀ ਬਹੁਤ ਵਧੀਆ ਲੱਗਦਾ ਹੈ ਕਿ ਹੁਣ ਪਹਿਲਾਂ ਵੀ ਮਤਲਬ ਮੈਂ ਅੰਡਰ 19 ਇੰਡੀਆ ਵੀ ਖੇਲੇ ਆਂ ਤੇ ਉਸ ਦੀ ਕਪਤਾਨੀ ਵੀ ਕੀਤੀ ਹੈ ਰਾਹੁਲ ਦਰਾਵਿੜ ਸਰ ਸਾਡੇ ਕੋਚ ਵੀ ਰਹੇ ਨੇ। ਤੇ ਮਤਲਬ ਪਹਿਲਾਂ ਵੀ ਇਦਾਂ ਦਾ ਮਤਲਬ ਮੈਂ ਮੂਮੈਂਟ ਫੇਸ ਕੀਤਾ ਉਹ ਵਧੀਆ ਲੱਗਦਾ ਆ ਆਬਵੀਅਸਲੀ ਪਤਾ ਚੱਲਦਾ ਹੈ ਕਿ ਤੁਸੀਂ ਕੁਝ ਵੱਖਰਾ ਕਰ ਰਹੇ ਹੋ ਤੁਸੀਂ ਵਧੀਆ ਕਰ ਰਹੇ ਹੋ ਆਪਣੀ ਲਾਈਫ ਚ ਸਕਸੈਸ ਤੁਹਾਨੂੰ ਮਿਲ ਰਹੀ ਹੈ ਬਟ ਮੈਂ ਇਹ ਮਤਲਬ ਆਪਣਾ ਹੈ ਕਿ ਸਕਸੈਸ ਚਲੋ ਮੈਨੂੰ ਵਧੀਆ ਥੈਂਕਸ ਟੂ ਗੋਡ ਕਿ ਮੈਨੂੰ ਮਿਲ ਰਹੀ ਹੈ ਥੈਂਕਸ ਟੂ ਮਾਈ ਫੈਮਿਲੀ ਟੂ ਮਾਈ ਕੋਚ ਬਟ ਫਿਰ ਇਹ ਵੀ ਹੈ ਕਿ ਮੈਂ ਆਪਣੀ ਮਿਹਨਤ ਕਰਨੀ ਕਦੇ ਨਹੀਂ ਛੱਡੀ ਹੈ ਮਤਲਬ ਮਿਹਨਤ ਹਮੇਸ਼ਾ ਮੇਰੇ ਨਾਲ ਰਹੀ ਮਤਲਬ ਮੈਂ ਹਮੇਸ਼ਾ ਚਾਹੇ ਮੈਂ ਫੇਲ ਹੋ ਰਹੇ ਜਾਂ ਸਕਸੀਡ ਕਰ ਰਹੇ ਹਾਂ ਜੋ ਮੇਰੇ ਡੇਲੀ ਰੂਟੀਨ ਜੋ ਮੈਂ ਹਮੇਸ਼ਾ ਫੋਲ ਫੈਮਿਲੀ ਮੈਂਬਰ ਤਾਂ ਬਹੁਤ ਹੈਪੀ ਨੇ ਇਸ ਉਮਰ ਦੇ ਵਿੱਚ ਲੋ ਟੁੰਮਣਾ ਬਾਹਰ ਜਾਣਾ ਮੂਵੀਜ਼ ਦੇਖਣਾ ਤੁਸੀਂ ਸਪੋਰਟਸ ਨੂੰ ਪੰਜਾਬ ਦੇ ਵਿੱਚ ਨਸ਼ੇ ਨੂੰ ਯੂਥ ਨੂੰ ਬੜਾ ਤਕਲੀਲਾ ਜਾ ਰਿਹਾ ਉਹਦੇ ਲਈ ਯੂਥ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਦੇਖੋ ਜੀ ਨਸ਼ੇ ਦੇ ਜੇ ਆਪਣੇ ਨਸ਼ਿਆਂ ਦੇ ਬਾਰੇ ਜੇ ਗੱਲ ਕਰੀ ਤੇ ਸਾਰ ਨੂੰ ਸਾਰਿਆਂ ਨੂੰ ਪਤਾ ਹੈ ਕਿ ਨਸ਼ੇ ਮਤਲਬ ਆਬਵੀਅਸਲੀ ਬਹੁਤ ਗਲਤ ਚੀਜ਼ ਹੈ ਤੇ ਕਰਨੀ ਨਹੀਂ ਚਾਹੀਦੀ ਤੇ ਮਤਲਬ ਜਿਹੜਾ ਤੁਸੀਂ ਕਰੀਅਰ ਚੂਜ਼ ਕਰ ਰਹੇ ਹੋ ਚਾ ਭਾਵੇਂ ਉਹ ਸਪੋਰਟਸ ਹੈ ਜਾਂ ਭਾਵੇਂ ਉਹ ਪੜਾਈ ਹੈ ਤੇ ਤੁਸੀਂ 100% ਦੋ ਤੇ ਤੁਹਾਡਾ ਧਿਆਨ ਵੀ ਨਹੀਂ ਜਾਊਗਾ ਇਹ ਚੀਜ਼ਾਂ ਤੇ ਮੇਰੇ ਖਿਆਲ ਨਾਲ ਜੇ ਤੁਸੀਂ ਮਨੁੱਖ ਨਸ਼ੇ ਕਰ ਰਹੇ ਹੋ ਤੁਹਾਡੀ ਹੈਲਥ ਖਰਾਬ ਹੋ ਰਹੀ ਹੈ ਤੁਹਾਡੀ ਫੈਮਿਲੀ ਸਟ्रेस ਚ ਰਹੂਗੀ ਤੁਸੀਂ ਮਤਲਬ ਆਪਣੀ ਏਮ ਵੱਲ ਫੋਕਸ ਕਰੋਗੇ ਤੁਹਾਡਾ ਜਿਆ ਧਿਆਨ ਹੀ ਨਹੀਂ ਜਾਊਗਾ ਉਸ ਮਤਲਬ ਉਸ ਸਲੇ ਪਾਸੇ ਤਾਂ ਫਿਰ ਆਬਵੀਅਸਲੀ ਤੁਹਾਡੇ ਸਕਸੈਸਫੁਲ ਹੋਣ ਦੇ ਚਾਂਸਸ ਵੱਧ ਜਾਣਗੇ ਅੱਜੀ ਅੱਜੀ ਮਿਹਨਤ ਵਧਨ ਲਈ ਉੱਚੇ ਪੱਧਰ ਤੇ ਪਹੁੰਚਣ ਲਈ ਕਿਵੇਂ ਦੇ ਦੇ ਉਹਨੂੰ ਤੂੰ ਵੀ ਕੀ ਰਣਨੀਤੀ ਬਣਾਈ ਹੈ ਜੀ ਆਬਵੀਅਸਲੀ ਕੰਪੀਟੀਸ਼ਨ ਬਹੁਤ ਹੈ ਬਟ ਮੈਨੂੰ ਇਹ ਮੈਨੂੰ ਪਤਾ ਹੈ ਮੈਂ ਕੀ ਮੈਂ ਕੀ ਕਰਨਾ ਹੈ ਤੇ ਮੈਂ ਉਹ ਕਰਦਾ ਆ ਰਿਹਾ ਤੇ ਕਰਦਾ ਵੀ ਰਹੂੰਗਾ ਤੇ ਮੈਨੂੰ ਪਤਾ ਜੇ ਮੈਂ ਉਹ ਮਤਲਬ ਰਿਲੀਜੀਅਸਲੀ ਫੋਲੋ ਕੀਤਾ ਤੇ ਮੈਂ ਆਬਵੀਅਸਲੀ ਵੱਡੇ ਲੈਵਲ ਤੱਕ ਖੇਟਾਂਗਾ। ਹੁਣ ਹੁਣ ਤੁਹਾਡੇ ਨਾਲ ਇਸ ਦੇ ਵੀ ਤੁਹਾਡੇ ਸਹਿਯੋਗੀ ਰਹੇ ਤੁਹਾਡੀ ਕੋਚੀ ਦਾ ਕੀ ਨਾਮ ਹੈ? ਔਰ ਜਿਹੜੇ ਹੋਰ ਇਸ ਤੋਂ ਇਲਾਵਾ ਜਿਹੜੇ ਤੁਹਾਨੂੰ ਪ੍ਰਮੋਟ ਕਰਦੇ ਸੀ ਉਹਨਾਂ ਦਾ ਕੁਝ ਨਾਮ ਦੱਸਣਾ ਚਾਹੋਗੇ ਤੁਸੀਂ? ਜੀ ਮੇਰੇ ਕੋਚ ਚਰਨਜੀਤ ਪੰਗੂ ਰਹੇ ਨੇ ਚਰਨਜੀਤ ਪੰਗੂ ਸਰ ਤੇ ਮੇਰੇ ਫੈਮਲੀ ਵਿੱਚ ਮੇਰੇ ਪੇਰੈਂਟਸ ਮੇਰੇ ਮਮ ਡੈਡਰ ਨੇ ਮੇਰੇ ਰੀਅਲ ਸਿਸਟਮ ਅਸੀਂ ਜੁਆਇੰਟ ਫੈਮਲੀ ਵਿੱਚ ਮੇਰੇ ਦਾਦੂ ਦਾਦੀ ਚਾਚਾ ਚਾਚੀ ਤੇ ਉਹਨਾਂ ਦੇ ਬੱਚੇ ਤੇ ਮੇਰੀ ਫੈਮਲੀ ਨੇ ਤਾਂ ਮੈਨੂੰ ਬਹੁਤ ਸਪੋਰਟ ਕੀਤੀ ਤੇ ਐਲਡੀਸੀ ਤਾਂ ਮੈਂ ਬਹੁਤ ਥ ਪੂਰੀ ਸਰ ਤੇ ਅੰਕੁਰ ਕੱਕੜ ਗੌਰਵ ਮਰਵਾਹ ਸਰ ਸਾਡੇ ਮੈਂ ਬਹੁਤ థాంਕਫੁਲ ਐ ਕਿ ਇਹਨਾਂ ਨੇ ਮੈਨੂੰ ਬਹੁਤ ਪ੍ਰੋਮੋਟ ਕੀਤਾ ਹੈ ਤੇ ਇਹਨਾਂ ਦੇ ਕਾਰਨ ਹੀ ਹੈ ਜੇ ਮੈਂ ਜੋ ਹਾਂ ਤੇ ਇਹਨਾਂ ਦੇ ਕਾਰਨ ਮੈਂ ਅੱਗੇ ਤੱਕ ਪਹੁੰਚ ਪਾਇਆ ਇਹਨਾਂ ਵਧੀਆ ਮੈਂ ਸਕੋਰ ਖੜਾ ਕੀਤਾ ਯੂਥ ਨੂੰ ਆਖਰੀ ਸਵਾਲ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੋ ਨਸ਼ੇ ਨੂੰ ਛੱਡਦੇ ਸਪੋਰਟਸ ਨੂੰ ਪ੍ਰੋਮੋਟ ਹੋਵੇ ਉਹਦੇ ਲਈ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਜੀ ਦੇਖੋ ਕਿ ਕੈਰੀਅਰ ਤੁਹਾਡਾ ਮਤਲਬ ਤੁਹਾਨੂੰ ਲਾਈਫ 'ਚ ਮਤਲਬ ਕੈਰੀਅਰ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਅੱਗੇ ਲੈ ਕੇ ਜਾਊਗੀ ਤੇ ਕੈਰੀਅਰ ਵੱਲ ਫੋਕਸ ਰੱਖੋ ਤੇ ਮਤਲਬ 100% ਦੋ ਤੇ ਤੁਹਾਡੇ ਲਾਈਫ ਚ ਮਤਲਬ ਅਪਸ ਐਂਡ ਡਾਊਨ ਜਾਣਗੇ ਬਟ ਮਿਹਨਤ ਕਰਨੀ ਕਦੇ ਨਹੀਂ ਛੱਡਣੀ ਮਿਹਨਤ ਕਰੀ ਜਾਓ ਤੇ ਤੁਹਾਨੂੰ ਮਤਲਬ ਗੋਡ ਜ਼ਰੂਰ ਹੈਲਪ ਕਰੂਗਾ ਤੁਸੀਂ ਸਕਸੈਸਫੁਲ ਜ਼ਰੂਰ ਹੋਵੋਗੇ ਇਹ ਹਨ ਨਿਹਾਲ ਸਿੰਘ ਪੰਗੂ ਜੀ ਵਡੇਰਾ ਜੀ ਜਿਨ੍ਹਾਂ ਨੇ ਲੁਧਿਆਣੇ ਦਾ ਨਾਮ ਪੰਜਾਬ ਸਟੇਟ ਦਾ ਨਾਮ ਬਹੁਤ ਉੱਚੇ ਪੱਧਰ ਤੇ ਪੰਚਾ ਦਿੱਤਾ ਹੈ ਜਿਨ੍ਹਾਂ ਦੇ ਨਾਲ ਗੱਲਬਾਤ ਕਰਦੇ ਸਾਡੇ ਨਿਊਜ਼ ਟੀਐਨ ਨੇ ਗੱਲਬਾਤ ਖਾਸ ਐਕਸਕਲੂਸਿਵ ਇੰਟਰਵਿਊ ਲਈਤੀ ਇਹਨਾਂ ਦੀ ਅਸੀਂ ਇਹਨਾਂ ਦਾ ਸੋ थैੰਕਸ ਸਤਿ ਸ਼੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਨਿਊਜ਼ ਡੀਐਨਐਨ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਤਿਰਤਕਾਰਟ ਸਪੋਰਟਸ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਨੇ ਚਲੰਜੀ ਸਿੰਘ ਪੰਗੂ ਜੀ ਜੋ ਤੋਚ ਨੇ ਆਓ ਉਹਨਾਂ ਦੇ ਵਿਚਾਰ ਸਾਂਝੇ ਕਰੀਏ ਕੀ ਦਿਣਾ ਚਾਹੁੰਦੇ ਨੇ ਉਹ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਜੀ ਜੀ ਸਰ ਸਰ ਕੀ ਕਹਿਣਾ ਚਾਹੁੰਦੇ ਹੋ ਸਪੋਰਟਸ ਨੂੰ ਪਹਿਲਾਂ ਤਾਂ ਸਪੋਰਟਸ ਬਾਰੇ ਜਾਣਨਾ ਚਾਹਾਂਗੇ ਕਿੰਨੇ ਸਮੇਂ ਤੋਂ ਔਰ ਤੁਸੀਂ ਵੀ ਜੁੜੇ ਹੋ ਤੁਸੀਂ ਇਹਦੇ ਨਾਲ ਸਰ ਮੈਂ ਇਸ ਸਪੋਰਟਸ ਦੇ ਐਜ਼ ਅ ਕ੍ਰਿਕਟ ਕੋਚ ਮੈਨੂੰ ਕ੍ਰਿਕਟ ਦਾ ਕੰਮ ਕਰਦੇ ਹੋਏ ਮੇਰੇ ਖਿਆਲ 20 ਜਾਂ 22 ਸਾਲ ਹੋ ਚੱਲੇ ਆ ਮੈਂ ਲੁਧਿਆਣਾ ਦਾ ਚੀਫ ਕੋਚ ਰਿਹਾ 20 ਸਾਲ ਪੰਜਾਬ ਟੀਮਾਂ ਦੇ ਨਾਲ ਵੀ ਐਜ਼ ਅ ਕੋਚ ਰਿਹਾ ਉਹਨਾਂ ਚ ਕਈ ਪਲੇਅਰ ਅੱਜ ਆਈਪੀਐਲ ਖੇੜਿਆ ਲਾ ਇੱਕ ਪਰਬ ਸਿਮਰਨ ਅਬੇ ਵਗੈਰਾ ਖੁਦ ਮੇਰਾ ਲੜਕਾ ਜੋ ਨਿਹਾਲ ਖੇលਿਆ ਤੋਂ ਮੈਨੇ 20 22 ਸਾਲ ਇਸ ਫੀਲਡ ਦੇ ਵਿੱਚ ਮੈਨੂੰ ਹੋ ਚੁੱਕਿਆ ਸਰ ਨਿਹਾਲ ਨੇ ਬੜੀ ਸ਼ਲਾਘਾਯੋਗ ਕੰਮ ਕਰਦਾ ਵਿਸ਼ਵ ਦੇ ਨਾਮ ਲੁਧਿਆਣੇ ਦਾ ਪੱਧਰ ਤੇ ਉੱਪਰ ਦਾ ਸਟੇਟ ਦਾ ਨਾਮ ਵੀ ਉੱਚਾ ਕਰਦਾ ਕਿਵੇਂ ਦੇਦਿਓ ਵੀ ਨਿਹਾਲ ਨੇ ਕਿੰਨਾ ਸਟਰਗਲ ਲਿਆ ਉਹਦੀ ਫੈਮਿਲੀ ਦਾ ਬੈਕਗ੍ਰਾਉਂਡ ਕਿਵੇਂ ਸੀ ਦੇਖੋ ਸਰ ਫੈਮਿਲੀ ਦੀ ਬੈਕਗ੍ਰਾਉਂਡ ਤਾਂ ਉਹਨਾਂ ਦੀ ਚਲੋ ਬਹੁਤ ਅੱਛੀ ਆ ਉਹ ਪੜ ਸਟੱਡੀ ਦੇ ਉੱਤੇ ਹੀ ਉਹ ਸਾਰਾ ਫੋਕਸ ਕਰਦੇ ਆ ਤੇ ਉਹ ਮੇਰੇ ਉਹਨਾਂ ਨੇ ਬਟ ਜੋ ক্রিকেট ਤੇ ਇਹਨੂੰ ਸਪੋਰਟ ਕੀਤਾ ਉਹ ਜ਼ਿਆਦਾ ਕੀਤਾ ਜਿਹੜਾ ਸਟਰਗਲ ਆ ਉਹ ਹਰ ਕਰਿਕਟਰ ਨੂੰ ਕਰਨਾ ਹੀ ਪੈਂਦਾ ਕਿਸੇ ਵੇਲੇ ਆਪਾਂ ਬਹੁਤ ਅੱਛਾ ਕਰਦੇ ਆਂ ਲੇਕਿਨ ਸਾਡਾ ਤਾਂ ਵੀ ਕਿਤੇ ਚਾਂਸ ਨਹੀਂ ਲੱਗਦਾ ਕਿਉਂਕਿ ਸਾਡੇ ਤੋਂ ਸੀਨੀਅਰ ਪਲੇਅਰ ਬੈਠਾ ਹੁੰਦਾ ਜਿਹਨੂੰ ਅਸੀਂ ਛੱਡ ਨਹੀਂ ਸਕਦੇ ਲੇਕਿਨ ਕਿਸੇ ਵੇਲੇ ਇਦਾਂ ਹੁੰਦਾ ਕਿ ਆਪਾਂ ਇੰਨੀ ਮਿਹਨਤ ਕੀਤੀ ਆ ਸੀਜ਼ਨ ਸਾਡਾ ਫਲॉप ਚਲੇ ਜਾਂਦਾ ਤੇ ਉਹ ਸੀਜ਼ਨ ਦੇ ਵਿੱਚ ਇੱਕ ਜੋ ਐਜ਼ ਅ ਕੋਚ ਸਾਨੂੰ ਐਕਚੁਅਲ ਜੋਰ ਦੇਣਾ ਚਾਹੀਦਾ ਉਹਨਾਂ ਨੂੰ ਪਲੇਅਰਾਂ ਨਾਲ ਕੰਮ ਕਰਨਾ ਪੈਂਦਾ ਤਾਂ ਕਿ ਅਸੀਂ ਪਲੇਅਰ ਨੂੰ ਮੋਟੀਵੇਟ ਕਰ ਸਕੀਏ ਐਜ਼ ਅ ਕੋਚ ਸਾਨੂੰ ਦੇਖਣਾ ਪੈਂਦਾ ਕਿ ਹਾਂ ਇਹਦੇ ਅੰਦਰ ਬੱਚੇ ਅੰ ਸਮਝ ਕੇ ਚਲਨੀਆ ਪੈਂਦੀਆਂ ਤਾਂ ਕਿ ਇਹਦਾ ਪੋਟੈਂਸ਼ੀਅਲ ਸਾਨੂੰ ਪਤਾ ਅੱਜ ਨਹੀਂ ਕੱਲ ਇਹਨੇ ਜੇ ਚੱਲਿਆ ਤੇ ਨੇ ਇੱਕਦਮ ਰੋਕ ਟੰਗੂ ਹੀ ਉਡਾਨ ਮਾਰਨੀ ਹੈ ਤੇ ਜੋ ਨਿਆਲ ਵਡੇਰਾ ਇੱਕ ਇਦਾਂ ਦਾ ਹੀ ਪਲੇਅਰ ਆ ਇਹਨੇ ਜਿੰਨੀ ਵਾਰ ਵੀ ਮੈਨੂੰ ਅੱਜ ਇਹਨੂੰ 10 ਸਾਲੇ ਦੇ ਨਾਲ ਕੋਚਿੰਗ ਕਰਦੇ ਹੋਗੇ ਇਹਨੇ ਹਰ ਈਵੈਂਟ ਦੇ ਵਿੱਚ ਇਹਨੇ ਐਕਸਟਰਾ ਉਨੀ ਪਰਫਾਰਮੈਂਸ ਕੀਤਾ ਔਰ ਬਹੁਤ ਜ਼ਿਆਦਾ ਹੀ ਟੀਮਾਂ ਨੂੰ ਜੀਤਾਂ ਦੇ ਲਈ ਇਹਨੇ ਆਪਣਾ ਯੋਗਦਾਨ ਦਿੱਤਾ ਸਰ ਪੰਗੂ ਜੀ ਸਾਡੇ ਨਾਲ ਸਾਂਝਾ ਕਰੋ ਵੀ 66 ਸਾਲ ਦਾ ਰਿਕਾਰਡ ਚੰਮਨ ਲਾਲ ਮੋਤਰਾ ਜੀ ਦਾ 502 ਦਾ ਸੀ ਬਿਲਕੁਲ ਜੀ ਤੇ ਅਗਲਾ ਜਿਹੜਾ ਰਿਕਾਰਡ ਕਿੰਨਾ ਔਰ ਕਿੱਦਾਂ ਸਰ ਏਦਾਂ ਜੀ ਪਹਿਲਾਂ ਤੁਹਾਨੂੰ ਮੈਂ ਦੱਸਦਾ ਚਮਨ ਲਾਲ ਮਲੋਤਰਾ ਜੀ ਸਾਡੇ ਲੁਧਿਆਣੇ ਦੇ ਸੀਗੇ ਜੀ ਉਹਨਾਂ ਦਾ ਵਿਜ਼ਿਟ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਨਾਮ ਸੀ ਉਹ ਸਾਡੇ ਬਹੁਤ ਹੀ ਆਦਰਯੋਗ ਸੀਗੇ ਜਿਨ੍ਹਾਂ ਦੀ ਸ਼ਾਇਦ 2 ਸਾਲ ਪਹਿਲਾਂ ਕਰੋਨਾ ਦੇ ਵਿੱਚ ਉਹਨਾਂ ਦੀ ਸ਼ਾਇਦ ਡੈਥ ਹੋ ਗਈ ਸੀ ਤੇ ਸਾਡੇ ਸ਼ਹਿਰ ਨੂੰ ਬਹੁਤ ਵੱਡਾ ਸਾਡੇ ਸ਼ਹਿਰ ਨੂੰ ਕੀ ক্রিকেট ਜਗਤ ਨੂੰ ਬਹੁਤ ਵੱਡਾ ੱਤਕਾ ਲੱਗਿਆ ਸੀ ਤੇ ਉਹ ਸਾਨੂੰ ਅਸੀਂ ਉਹਨਾਂ ਦੀ ਕਮੀ ਤੱਕ ਅੱਧੀ ਪੂਰੀ ਕਰ ਨਹੀਂ ਸਕਦੇ ਲੇਕਿਨ ਹਾਂ ਅਸੀਂ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਕੰਮ ਕਰ ਸਕਦੇ ਹਾਂ ਵੀ ਸ਼ਾਇਦ ਉਹਨਾਂ ਤੋਂ ਵੀ ਵੱਡੇ ਪਲੇਅਰ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਜਿਹੜੀ ਕਿ ਪ੍ਰਮਾਤਮਾ ਨੇ ਸਾਨੂੰ ਸ਼ਕਤੀ ਬਖ ਸ਼ਹਿਰ ਦੇ ਆਪਣੇ ਸਭ ਤੋਂ ਸੀਨੀਅਰ ਪਲੇਅਰ ਦਾ ਰਿਕਾਰਡ ਤੋੜ ਕੇ ਵਰਲਡ ਰਿਕਾਰਡ ਬਣਾਇਆ ਤਾਂ ਉਸੇ ਮੈਂ ਤਾਂ ਨਿਹਾਲ ਨੂੰ ਵੀ ਮੁਬਾਰਕਾ ਦੇਣਾ ਤੇ ਮੈਂ ਚਾਹਨਾ ਕਿ ਉਹ ਇਸ ਤੋਂ ਵੀ ਵੱਡੇ-ਵੱਡੇ ਰਿਕਾਰਡ ਆਪਣੇ ਦੇਸ਼ ਲਈ ਲੁਧਿਆਣੇ ਲਈ ਤੇ ਪੰਜਾਬ ਲਈ ਬਣਾਉਂਦਾ ਰਹੇ ਸਰ ਅੱਜੇ ਨੈਸ਼ਨਲ ਪੱਧਰ ਤੇ ਇਹਨਾਂ ਨੇ ਪ੍ਰੈਕਟਿਸ ਮਿਹਨਤ ਲਾ ਰਹੇ ਨੇ ਇਹਨੂੰ ਜਿਵੇਂ ਤੁਸੀਂ ਦੇ ਦਿੱਤੇ ਸਰ ਇਹ ਬਹੁਤ ਹੀ ਅੱਛਾ ਤੇ ਸincere ਬੱਚਾ ਮੈਂ بڑے ਪਲੇਅਰਾਂ ਨਾਲ ਕੰਮ ਕੀਤਾ ਬਹੁਤ ਅੱਛੇ ਪਲੇਅਰਾਂ ਨਾਲ ਮੈਂ ਕੰਮ ਕੀਤਾ ਹਰ ਪਲੇਅਰ ਦਾ ਇੱਕ ਤਰੀਕਾ ਹੁੰਦਾ ਕੋਈ بڑے ਅਲੱਗ ਸੋਚਣਾ ਲੱਗਦਾ ਬਟ ਇਹ 100% ਗੇਮ ਪ੍ਰਤੀ ਡਿਵੋਟਿਡ ਆ ਸਾਰੀ ਕੁਝ ਛੱਡ ਕੇ ਪੜ੍ਹਾਈ ਵਿੱਚ ਵੀ ਅੱਛਾ ਹੈ ਲੇਕਿਨ ਇਹ ਬੜੀ ਹੀ ਸੀਰੀਅਸ ਗੇਮ ਨੂੰ ਲੈਂਦਾ ਮੈਨੂੰ ਯਾਦ ਆ ਮੈਂ ਜਦੋਂ ਹੋਟਲ 'ਚ ਇਹਦੇ ਨਾਲ ਪੰਜਾਬ ਟੀਮ 'ਚ ਵੀ ਹੁੰਦਾ ਸੀ ਕਿ ਕੁਝ ਪਲੇਅਰ ਆਪਣੇ ਰੂਮ 'ਚ ਹੀ ਹੁੰਦੇ ਸੀ ਇਹਨੂੰ ਉਦੋਂ ਵੀ ਇਹਨੂੰ ਸਾਹ ਨਹੀਂ ਸੀ ਲੈ ਹੁੰਦਾ ਇਹ ਬੈਟ ਲੈ ਕੇ ਮੇਰੇ ਰੂਮ 'ਚ ਹੀ ਆ ਜਾਂਦੇ ਕਿ ਸਰ ਮੈਨੂੰ ਅੱਜ ਇਹ ਪ੍ਰੋਬਲਮ ਆ ਰਹੀ ਹੈ ਇਹ ਪ੍ਰੋਬਲਮ ਆ ਰਹੀ ਹੈ ਸੋ ਇਦਾਂ ਦੇ ਪਲੇਅਰ ਬਹੁਤ ਅੱਛੇ ਹੁੰਦੇ ਜਿਹੜੇ ਕੋਚ ਨੂੰ ਇੱਕਦਮ ਨਿਚੋੜ ਦਿੰਦੇ ਆ ਕਿ ਉਹਨਾਂ ਦੇ ਅੰਦਰੋਂ ਮੈਂ ਸਾਰਾ ਪੋਟੈਂਸ਼ੀਅਲ ਕੱਢ ਕੇ ਜਦੋਂ ਆਪਾਂ ਮਹਾਪਰਤ ਦੀ ਸਟੋਰੀ ਪੜ੍ਹੀਏ ক্রিকেট 'ਚ ਅਰਜੁਨ ਵਾਰਡ ਚੱਲਦਾ ਤੇ ਅਰਜੁਨ ਉਹਨਾਂ ਨੇ ਪੁੱਛਿਆ ਕੋਰਵਾ ਨੇ ਵੀ ਅਸੀਂ ਅਰਜੁਨ ਤੁਹਾਡਾ ਫੇਵਰਟ ਸਟੂਡੈਂਟ ਕਿੱਦਾਂ ਹੋ ਗਿਆ? ਤੋਂ ਕੋਚ ਨੇ ਇਹੀ ਕਿਹਾ ਸੀ ਕਿ ਤੁਸੀਂ ਸਾਰੇ ਕੋਚਿੰਗ ਲੈ ਕੇ ਘਰ ਚਲ ਜਾਨੇ ਹੋ। ਲੇਕਿਨ ਉਸ ਤੋਂ ਬਾਅਦ ਵੀ ਆ ਮੇਰਾ ਪਿੱਛਾ ਨਹੀਂ ਛੱਡਦਾ। ਇਹ ਹਰ ਚੀਜ਼ ਮੇਰੇ ਤੋਂ ਕੱਢਣਾ ਚਾਹੁੰਦਾ ਜਿਸ ਕਰਕੇ ਅਰਜੁਨ ਇੱਕ ਮਹਾਨ ਪਲੇਅਰ ਸੀ। ਕੋਚ ਦਾ ਬੜਾ ਵੱਡਾ ਰੋਲ ਹੁੰਦਾ ਹੈ। ਤੁਸੀਂ ਆਪਣਾ ਰੋਲ ਬੇਤਖਾਬੀ ਨਿਭਾ ਰਹੇ ਹੋ। ਕਿਦਣਾ ਇਹਨੂੰ ਆਪਾਂ ਕਿਵੇਂ ਦੇਣੀ ਹੈ ਵੀ ਜਿਹੜਾ ਪੰਜਾਬ ਨਸ਼ਾ ਦਰਿਆਵਾਂ ਤੋਂ ਵੱਜਣ ਲੱਗ ਪਿਆ ਹੈ। ਉਹਨੂੰ ਕਿ ਸਰ ਇਹ ਤੁਸੀਂ ਬਹੁਤ ਹੀ ਵਧੀਆ ਗੱਲ ਪੁੱਛੀ ਆ ਜਿਹਨੂੰ ਸੁਣ ਕੇ ਹੀ ਸਾਨੂੰ ਅੱਜ ਕਿਸੇ ਵੇਲੇ ਅਸੀਂ ਦੇਖਦੇ ਆ ਉਹ ਨਸ਼ਾ ਕਰਨ ਵਾਲੇ ਤਾਂ ਕੀ ਮਰਦੇ ਉਹਦੇ ਘਰ ਦੇ ਮਰਦੇ ਆ ਅਸੀਂ ਉਹਨਾਂ ਨੂੰ ਜਦੋਂ ਰੋਂਦੇ ਆ ਕਲਪੇ ਮਾਵਾ ਜਿਨ੍ਹਾਂ ਨੇ ਵਿਚਾਰੀਆਂ ਨੇ ਆਪਣੇ ਪੁੱਤ ਜੰਮੇ ਆ ਲੇਕਿਨ ਜਦੋਂ ਉਹਨਾਂ ਦਾ ਹਾਲਾਤ ਦੇਖਦੇ ਆ ਕਿ ਪਿਓ ਵਿਚਾਰਾ ਸਾਰੀ ਉਮਰ ਆਪਣੀ ਪੁੱਤ ਦੀ ਆਸ ਦੀ ਕਮਾਂਦਾ ਲੇਕਿਨ ਉਹਦਾ ਪੁੱਤ ਜਦੋਂ ਨਸ਼ੇ 'ਚ ਚਲੇ ਜਾਂਦਾ ਮੈਂ ਤਾਂ ਆਪਣੀ ਦਿਲੋਂ ਦੁਆ ਕਰਦਾ ਕਿ ਜਿਹੜੇ ਬੰਦੇ ਵੀ ਇਸ ਚੀਜ਼ ਦੇ ਵਿੱਚ ਇਨਵੋਲ ਆ ਉਹ ਛੱਡ ਦੋ ਲੇਕਿਨ ਜਿਹੜੇ ਇਹ ਚੀਜ਼ਾਂ ਦਾ ਨਸ਼ਾ ਵੇਚ ਰਿਹਾ ਪ੍ਰਮਾਤਮਾ ਉਹਨਾਂ ਦਾ ਐਸਾ ਬੁਰਾ ਹਾਲ ਕਰੇ ਕਿ ਉਹ ਮੈਂ ਕਹਿੰਦਾ ਵਸ ਜੋ ਸਾਡੀ ਮੇਰੇ ਦਿਲੋਂ ਵੱਧਵਾ ਨਿਕਲ ਸਕਦੀਆਂ ਮੈਂ ਦੇਣਾ ਚਾਹਨਾ ਵੱਧਵਾ ਹਰ ਕਰਦੇ ਮਾਪਿਓ ਦੇ ਰਹਿੰਨੇ ਹਰ ਤੂੰ ਦੇ ਰਿਆ ਵੀ ਇਹ ਨਸ਼ਾ ਥੱਤ ਮੋਣ ਅੱਛਾ ਪੰਜਾਬ ਦਾ ਨਾਮ ਯੂਥ ਦਾ ਨਸ਼ੇੜੀਆਂ ਵੱਲੋਂ ਠੱਪਾ ਲਾ ਦਿੱਤਾ ਹੋਇਆ ਪਰ ਸੰਦੇ ਆਪਣਾ ਵਡੇਰਾ ਜੀ ਨੇ ਮਿਸਾਲ ਤੈਮ ਕਰ ਦਿੱਤੀ ਇਹ ਵੀ ਯੂਥ ਹਾਲੇ ਵੀ ਕਾਬਿਲ ਹੈਗਾ ਪੰਜਾਬ ਦਾ ਬਿਲਕੁਲ ਸਰ ਮੈਂ ਕਹਿੰਨਾ ਨਸ਼ਾ ਕਰੋ ਲੇਕਿਨ ਨਸ਼ਾ ਐਸਾ ਕਰੋ ਤੁਸੀਂ ਸਪੋਰਟਸ ਦਾ ਨਸ਼ਾ ਕਰੋ ਕੋਈ ਚੰਗੇ ਕੰਮਾਂ ਦਾ ਨਸ਼ਾ ਕਰੋ ਨਸ਼ਾ ਉਹ ਤਾਂ ਨਹੀਂ ਹੈ ਮੈਂ ਤਾਂ ਹੈਰਾਨ ਆ ਕਿ ਚਿੱਟੇ ਦਾ ਨਾ ਚਿੱਟਾ ਕਿਨੇ ਰੱਖਦਾ ਉਹਦਾ ਕੰਮ ਤਾਂ ਸਭ ਤੋਂ ਜ਼ਿਆਦਾ ਕਾਲਾ ਵਾ ਰਾਈਟ ਸਰ ਬਹੁਤ ਚਿੱਟਾ ਕਿਨੇ ਰੱਖ ਦਿੱਤਾ ਨਾਮ ਉਹਦਾ ਉਹ ਇੰਨਾ ਬੇਕਾਰ ਨਸ਼ਾ ਇੰਨਾ ਇਦਾਂ ਦਾ ਹੈ ਕਿ ਜਿਹੜਾ ਬੰਦਾ ਸੁਣਨ ਚ ਆਇਆ ਅਸੀਂ ਤਾਂ ਰੱਬ ਦਾ ਸ਼ੁਕਰ ਮਨਾਵੇ ਅਸੀਂ ਅੱਜ ਤੱਕ ਅੱਖੀਂ ਦੇਖਿਆ ਵੀ ਹੈ ਨਹੀਂ ਲੇਕਿਨ ਜੋ ਸੁਣਿਆ ਵੀ ਜਿਹੜਾ ਇਨਸਾਨ 2 ਜਾਂ 3 ਵਾਰੀ ਵੀ ਕਰ ਲੈਂਦਾ ਉਹ ਸ਼ਾਇਦ ਬਚਦਾ ਨਹੀਂ ਇੰਨਾ ਕੁਝ ਪਤਾ ਹੋਣ ਦੇ ਬਾਬ ਜੀ ਲੋਕ ਇਸ ਚੀਜ਼ ਮਗਰ ਕਿਉਂ ਲੱਗਦੇ ਆ ਕੀ ਲੈ ਕੇ ਜਾਣਾ ਆਪਾਂ ਇਨਸਾਨ ਇਨਸਾਨ ਖੁਸ਼ੀ ਨਾ रह ਸਕਦਾ ਤਾਂ ਮੈਂ ਸਾਰੇ ਨੂੰ ਇਹ ਮੈਸੇਜ ਦੇਣਾ ਚਾਹਨਾ ਉਹ ਗਰੌਂਡਾਂ 'ਚ ਆ ਕੇ ਸੱਟਾਂ ਖਾਓ ਮਜ਼ੇਦਿਆਂ ਸੱਟਾਂ ਖਾਓ ਗਰੌਂਡਾਂ ਜਾ ਕੇ ਨਸ਼ੇ ਕਰੋ ਖੇਡਾਂ ਦੇ ਨਸ਼ੇ ਕਰੋ ਤੁਹਾਡੇ ਸਰੀਰ ਤੰਦਰੁਸਤ ਹੋਵੇ ਤੁਹਾਡੇ ਮਾਵਾ-ਬਾਪ ਨੂੰ ਸਾਡੇ ਦੇਸ਼ ਨੂੰ ਤੁਹਾਡੇ ਸਮਾਜ ਨੂੰ ਤੁਹਾਡੇ ਤੇ ਫਖਰ ਹੋ ਸਕੇ ਔਰ ਤੁਸੀਂ ਲੰਬੀਆਂ ਜ਼ਿੰਦਗੀਆਂ ਜਿਓ ਸਿਰ ਮੈਸੇਜ ਯੂਥ ਨੂੰ ਵੱਡਾ ਮੈਸੇਜ ਦਿਓ ਜੋ ਪ੍ਰੇਰਿਤ ਹੋਵੇ სპੋਰਟਸ ਵੱਲ ਨੂੰ ਪ੍ਰਮੋਟ ਹੋਵੇ ਦੇਖੋ ਸਭ ਤੋਂ ਵਧੀਆ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਸ਼ਾਇਦ ਪਹਿਲਾਂ ਜਦੋਂ ਬਹੁਤ ਲੋਕ ਖੇលਦੇ ਸੀ ਅੱਜ ਸਾਡੇ ਚ ਇੱਕ ਪਲੇਅਰ ਵੀ ਬੈਠੇ ਆ ਉਹ ਦੱਸ ਰਿਹਾ ਕਿ ਅਸੀਂ ਪਹਿਲਾਂ ਖੇលਦੇ ਸੀ ਸਾਨੂੰ ਸਪੋਰਟਸ ਦੇ ਵਿੱਚ ਕੋਈ ਫਾਈਨੈਂਸ਼ੀਅਲੀ ਹੈਲਪ ਨਹੀਂ ਸੀ ਮਿਲਦੀ ਬਟ ਅੱਜ ਕੱਲੀ ਕ੍ਰਿਕਟ ਹੀ ਨਹੀਂ ਤੁਸੀਂ ਦੇਖਨੇ ਉਹਨਾਂ ਕੋਈ 올림픽 ਜਿੱਤ ਕੇ ਆਇਆ ਕੋਚਾ ਜੋ ਕਰੋੜਾ ਰੁਪਇਆ ਕਮਾ ਰਿਹਾ ਅੱਜ ਸਪੋਰਟਸ ਖੇਡਣ ਦਾ ਸਾਧਨ ਨਹੀਂ ਰਹੇਗਾ ਤੁਹਾਡੀ ਕਮਾਈ ਦਾ ਸਾਧਨ ਵੀ ਆ ਸ਼ਾਇਦ ਇੰਨਾ बिजनेसमੈਨ ਨਹੀਂ ਕਮਾ ਪੰਦਾ ਜਿੰਨਾ ਇੱਕ ਸਪੋਰਟਸਮੈਨ ਆਪਣੇ ক্রিকেট ਕੈਰੀਅਰ ਦੇ ਵਿੱਚ ਜਾਂ ਦੂਜੀ ਸਪੋਰਟਸ ਦੇ ਕੈਰੀਅਰ ਵਿੱਚ ਕੁਝ ਅਚੀਵ ਕਰਦਾ ਆਪਣੇ ਦੇਸ਼ ਦੇ ਲਈ ਕੁਝ ਕਰਦਾ ਤੇ ਸ਼ਾਇਦ ਦੇ ਪਬਲਿਕ ਉਹਨੂੰ ਸਿਰ ਮੱਥੇ ਚੱਕ ਲੈਂਦੀ ਤੇ ਕਰੋੜਾ ਰੁਪਈਆ ਉਹ ਅਰਨ ਕਰ ਰਿਹਾ ਤੋਂ ਇਸ ਤੋਂ ਵਧੀਆ ਹੋਰ ਮੈਸੇਜ ਕੀ ਹੋ ਸਕਦਾ ਕਿ ਤੁਹਾਨੂੰ ਸਾਰਾ ਕੁਝ ਇਸ ਸਪੋਰਟਸ ਦੇ ਸਕਦੀ ਆ ਫਿਰ ਤੁਸੀਂ ਕਿਉਂ ਦੂਜੀ ਚੀਜ਼ਾਂ ਮਗਰ ਭਜਦੇ ਹੋ ਆਪਣਾ ਪੜੋ ਅੱਛੇ ਕੰਮ ਕਰੋ ਤੇ ਸਪੋਰਟਸ ਖੇਡੋ ਤੁਹਾਡੀ ਸਾਰੀ ਚੀਜ਼ਾਂ ਤੁਹਾਡੀਆਂ ਕਵਰ ਹੋ ਜਾਣਗੀਆਂ ਜੀ ਸ਼ੁਧਿਆ ਜੀ ਇਹ ਸਨ ਪੰਗੋਜੀ ਜਿਨ੍ਹਾਂ ਨੇ ਯੂਥ ਨੂੰ ਨਸ਼ੇ ਤੋਂ ਛੱਡ ਕੇ ਸਪੋਰਟਸ ਵੱਲ ਨੂੰ ਪ੍ਰਮੋਟ ਕਰਨ ਲਈ ਕਿਹਾ ਇਹਨਾਂ ਦੇ ਮੈਸੇਜ ਨੂੰ ਜਨਤਾ ਕਿਵੇਂ ਦੇ ਦਈਏ ਆਨ ਵਾਲਾ ਸਮਾਂ ਦੱਸੇ ਦਾ ਥੈਂਕ ਯੂ ਹਾਂਜੀ ਬੀ ਕੀ ਨਾਮ ਹੈ ਮੇਰਾ ਨਾਮ ਤੇਗਵੀਰ ਹਰਾ ਜੀ ਜਣਾ ਚੰਦਰ ਪਾਜੀ ਤੁਸੀਂ ਜਿਹੜੀ ਐ ਪ੍ਰਮੋਟ ਕਰ ਰਹੇ ਸਪੋਰਟਸ ਨੂੰ ਕੀ ਉਦਾਂ ਨੇ ਗੱਲੇ ਦੇ ਵਿੱਚ ਸਪੋਰਟਸ ਇੱਕ ਬਹੁਤ ਵੱਡੀ ਚੀਜ਼ ਆ ਆਈ ਥਿੰਕ ਜਿਹੜਾ ਬੰਦਾ ਸਪੋਰਟਸਮੈਨ ਅੱਜ ਵੀ ਮੈਂ ਵੀ ਸਪੋਰਟਸਮੈਨ ਰਿਹਾ ਆਪਣੇ ਟਾਈਮ ਹੁਣ ਉਹ ਮੁੰਡੇ ਨੇ ਰਿਕਾਰਡ ਤੋੜੇ ਨੇ ਇੰਨੇ ਤਕੜੇ 578 رنز ਮਾਰੇ ਨੇ ਤੇ ਆਈ ਥਿੰਕ ਇਹ ਯੂਥਲੀ ਬਹੁਤ ਵੱਡੀ ਗੱਲ ਆ ਆਪਾਂ ਜੀ ਆਪਾਂ ਕੀ ਕਹਿੰਦੇ ਆ ਨਸ਼ਿਆਂ ਤੋਂ ਦੂਰ ਰਹਿ ਕੇ ਉਹਨੇ ਮਿਹਨਤ ਕੀਤੀ ਆ ਗਰਾਊਂਡਾਂ 'ਚ ਆ ਕੇ ਉਹਨੇ ਇੰਨੀ ਜਿਵੇਂ ਇੰਨਾ ਉਹਨੇ ਹਾਰਡ ਵਰਕ ਕੀਤਾ ਤੇ ਉਹਨੇ 578 ਰਨ ਮਾਰੇ ਜੋ ਵੀ ਬਹੁਤ ਵੱਡੀ ਗੱਲ ਆ ਮੇਰੇ ਵਰਗੇ ਯੂਥ ਲਈ ਇੱਕ ਇਨਸਪੀਰੇਸ਼ਨ ਆ ਹੋ ਤੇ ਹੋਰ ਯੂਥ ਲਈ ਵੀ ਬਹੁਤ ਇਨਸਪੀਰੇਸ਼ਨ ਆ ਆਹ ਜੋ ਪੰਜਾਬ ਦਾ ਮਾਹੌਲ ਮਾਹੌਲ ਹੈਗਾ ਇੰਨਾ ਨਸ਼ਿਆਂ ਵਿੱਚ ਪਿਆ ਹੋਇਆ ਆਪਣਾ ਯੂਥ ਤੇ ਸਭ ਤੋਂ ਵੱਡੀ ਗੱਲ ਇਹ ਹੈ ਇੱਥੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਲੋਕ ਬਹੁਤ ਹੈਂਸ ਸਮਝਦੇ ਆ ਸਾਡੇ ਵਰਗੇ ਜਿਹੜੇ ਯੂਥ ਨੇ ਤੇ ਮੈਂ ਜਿਵੇਂ ਹੁਣ ਉਹ ਮੁੰਡੇ ਨੂੰ ਦੇਖਿਆ ਉਹਨੇ 578 ਰਨ ਮਾਰੇ ਤੇ ਐਵੇਂ ਗਰਾਊਂਡ 'ਚ ਖੜਨਾ ਇੰਨਾ ਟਾਈਮ ਲਈ ਜੋ ਕਿ ਇਟਸ ਅਨਬਿਲੀਵेबल ਤੇ ਹਾਂ ਜੀ ਸਟੂਡੈਂਟ ਆ ਰਹੇ ਤਾਂ ਸੀ ਯੋਧਾ ਦਿੱਤਾ ਬਹੁਤ ਵੱਡਾ ਯੋਧਾ ਨੇ ਸਲਾਹਾਂ ਦੀ ਯੋਧੀਆਂ ਗੱਲ ਅਸੀਂ ਵੀ ਤੁਹਾਨੂੰ ਉਹਦੇ ਲਈ ਅਪਰੀਸ਼ੀਏਟ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਇੰਨਾ ਵੱਡਾ ਉਦਮ ਉਠਾਇਆ ਤਾਂ ਦੀ ਫੈਮਿਲੀ ਵੱਲੋਂ ਠਾਏ ਗਿਆ ਹੁਣ ਹਾਂਜੀ ਅਸੀਂ ਹੁਣ ਇਹ ਗਰਾਊਂਡ ਬਣਾਇਆ 10 ਏਕੜਸ ਵਿੱਚ ਓਨਲੀ ਟੂ ਪ੍ਰਮੋਟ ਸਪੋਰਟਸ ਕਿ ਆਪਣਾ ਸਪੋਰਟਸ ਨੂੰ ਪ੍ਰਮੋਟ ਕਰਿਆ ਜਾਵੇ ক্রিকেট ਨੂੰ ਪ੍ਰਮੋਟ ਕਰਿਆ ਜਾਵੇ ਆ ਹੁਣ ਇੰਨੇ ਬੱਚੇ ਇੱਥੇ ਆ ਰਹੇ ਨੇ ਆਪਣੇ ਡਰੀਮਸ ਪੂਰੇ ਕਰਨ ਆ ਰਹੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਹੋਰ ਆਣ ਹੋਰ ਜੁੜਨ ਸਾਡੇ ਨਾਲ ਆ ਨਿਹਾਲ ਵਡੇਰੇਆ ਵਡੇਰਾ ਵਰਗੇ ਹੋਰ ਪਲੇਅਰ ਅਸੀਂ ਇੱਥੋਂ ਪੈਦਾ ਕਰੀਏ ਤੇ ਸਪੋਰਟਸ ਨੂੰ ਹੋਰ ਅੱਗੇ ਪ੍ਰਮੋਟ ਕਰੀਏ ਤੇ ਬੈਟਰ ਯੂਥ ਬਣਾਈਏ ਪੰਜਾਬ ਦਾ بس थैंक यू जी जी मेरा नाम हरतेज सिंह हारा है जी ਤੇ ਮੈਂ ਮੈਂ ਵੈਸੇ ਇੱਥੇ ਨਹੀਂ ਸੀਗਾ ਲੁਧਿਆਣਾ ਮੈਂ ਆਪਣਾ ਬਾਅਦ ਪੜਦਾ ਸੀਗਾ ਮੈਂ ਮੇਅ ਕਾਲਜ ਜਮੇਰ ਪੜਿਆ ਹੈਗਾ ਜੀ ਤੇ ਬਟ ਮੈਂ ਜਿਵੇਂ ਬੋਰਡਿੰਗ ਚ ਪੜਦਾ ਸੀਗਾ ਬੋਰਡਿੰਗ ਸਕੂਲ ਸਿਕਾ ਇੱਕ ਤੇ ਮੈਂ ਬੋਰਡਿੰਗ ਚ ਪੜਦਾ ਸੀ ਮੈਨੂੰ ਉੱਥੇ ਜਾ ਕੇ ਬੇਸਿਕਲੀ ਸਪੋਰਟਸ ਦੀ ਵੈਲਿਊ ਸਮਝ ਆਈ ਮੈਂ ਆਪ ਇੱਕ ਸਪੋਰਟਸ ਪਰਸਨ ਸੀਗਾ ਮੈਂ ਹੌਸ ਰਾਈਡਿੰਗ ਕਰਦਾ ਹੁੰਦਾ ਸੀਗਾ ਮੈਂ ਇਨਰ ਕਲੋਜ਼ਡ ਰੈਂਕਟਡ ਨਹੀਂ ਸੀਗਾ ਕ੍ਰਿਕਟਰ ਪਰ ਫਿਰ ਵੀ ਮੈਨੂੰ ਐਜ਼ ਅ ਸਪੋਰਟਸ ਪਰਸਨ ਪਤਾ ਹੈ ਕਿ ਸਪੋਰਟਸ ਇੱਕ ਬੰਦੇ ਲਾਈਫ ਜਿੰਨੀ ਇੰਪੋਰਟੈਂਟ ਹੈ ਬਟ ਚਲੋ ਡੂ ਟੂ ਸਮ ਰੀਜ਼ਨਸ ਮੈਂ ਕੰਟੀਨਿਊ ਨਹੀਂ ਕਰ ਪਾਇਆ ਅੱਗੇ ਤੇ ਬਟ ਅੱਜ ਸਪੋਰਟਸ ਲਈ ਇੱਕ ਸੌਫਟ ਕੋਰਨਰ ਹੈਗਾ ਮੇਰੇ ਦਿਲ 'ਚ ਬਟ ਜਿਹੜੇ ਆਪਣੇ ਅੱਜ ਦੀ ਡੇਟ 'ਚ ਜਿੰਨੇ ਵੀ ਕਹਿ ਲੋ ਨਸ਼ੇ ਵੇਚਣ ਵਾਲੇ ਨੇ ਉਹਨਾਂ ਲਈ ਤਾਂ ਜਿੰਨੀ ਦਿਲ ਤੋਂ ਬਦਦੂਆਂ ਨਿਕਲਦੀਆਂ ਹੁੰਨੀਆਂ ਨੇ ਕਿਉਂਕਿ ਆ ਇਨੇ ਛੋਟੇ-ਛੋਟੇ ਬੱਚੇ ਅੱਜ ਖੇਡ ਰਹੇ ਨੇ ਗਰਾਊਂਡ ਇਸ ਹੁਣ ਇਹਨਾਂ ਬਹੁਤ ਇਹਨਾਂ ਨੂੰ ਪਤਾ ਹੀ ਨਹੀਂ ਕੁਝ ਤੇ ਇਹ ਕਿਤੇ ਨਾ ਕਿਤੇ ਉਹਨਾਂ ਦੀ ਗੱਲਾਂ ਵਿੱਚ ਆ ਜਾਂਦੇ ਨੇ ਤੇ ਕਿਤੇ ਨਾ ਕਿਤੇ ਕਰਨ ਲੱਗ ਪੈਂਦੇ ਨੇ ਤੇ ਉੱਥੇ ਫਸ ਜਾਂਦੇ ਨੇ ਤੇ ਮੈਂ ਉਹਨਾਂ ਲਈ ਬਹੁਤ ਵੱਧਵਾਵਾਂ ਦਊਂਗਾ। ਮੇਰੇ ਇੱਕ ਸਵਾਲ ਹੈ ਜਿਹੜੇ ਦੇਸ਼ ਵਿਦੇਸ਼ ਬੈਠੇ ਨੇ ਲੋਕ ਜਿਹੜੇ ਜੋ ਕੁਝ ਲੋਕ ਨੇ ਕੁਝ ਪਰਸੈਂਟ ਲੋਕ ਸਮਝਦੇ ਨੇ ਪੰਜਾਬ ਹਾਂਜੀ ਜਿੰਨੀ ਯੂਥ ਹੈ ਉਹ ਨਸ਼ੇ ਦੇ ਵੱਲ ਸਾਰਾ ਵਚਤਿਆ ਵੀ ਪੰਜਾਬ ਚ ਨੌਜਵਾਨ ਬੱਚੇ ਨਹੀਂ ਸਪੋਰਟਸ ਵਾਸਤੇ ਕਿਵੇਂ ਦੇ ਦਈ ਉਹਨੂੰ ਚੀਜ਼ ਦਿਉਣਾ ਚਾਹੁੰਦੇ ਮੈਂ ਇਹਦੇ ਬਾਰੇ ਆਹੀ ਕਹੂੰਗਾ ਜੀ ਦੇਖੋ ਇਹ ਚ ਬੱਚਿਆਂ ਦੀ ਵੀ ਕਿਤੇ ਨਾ ਕਿਤੇ ਬੱਚਿਆਂ ਦੇ ਪੇਰੈਂਟਸ ਦੀ ਵੀ ਗਲਤੀ ਹੋਊਗੀ ਕਿ ਕਿਤੇ ਨਾ ਕਿਤੇ ਬੱਚੇ ਨੈਗਲੈਕਟ ਹੁੰਦੇ ਤਾਂ ਹੀ ਇਸ ਪਾਸੇ ਜਾਂਦੇ ਹੈਗੇ ਨੇ ਜੀ ਬਟ ਕਿਤੇ ਨਾ ਕਿਤੇ ਜਿਹੜੇ ਆਪਣੇ ਨਸ਼ੇ ਵੇਚਣ ਵਾਲੇ ਉਹਨਾਂ ਦਾ ਬਹੁਤ ਜ਼ਿਆਦੀ ਗਲਤ ਕਰ ਲੈ ਗਈ ਹੈ ਕਿ ਉਹ ਇਹ ਚੀਜ਼ਾਂ ਕਰਦੇ ਨੇ ਆਪਣਾ ਅੱਗੇ ਯੂਥ ਖਰਾਬ ਕਰ ਰਹੇ ਨੇ ਆਪਣੀ ਅੱਗੇ ਆਪਾਂ ਇੰਡੀਆ ਦੀ ਜੇ ਗੱਲ ਕਰੀਏ ਆਪਣੀ ਅੱਗੇ ਸਾਰੀ ਜਿਵੇਂ ਉਹਨੂੰ ਕਹਿੰਦੇ ਨੇ ਕਿ ਬੱਚਿਆਂ ਅੱਗੇ ਯੂਥ ਨਹੀਂ ਕੰਮ ਆਣਾ ਤੇ ਸਾਰਾ ਯੂਥ ਖਰਾਬ ਹੋ ਰਿਹਾ ਆ ਦੀ ਡੇਟ ਤੇ ਸਪੋਰਟਸ ਦੇ ਨਾਲ ਜੇ ਤੁਸੀਂ ਜਾਣਦੇ ਹੋ ਤੇ ਬੰਦਾ ਫੋਰਐਵਰ ਫਿਟ ਰਹਿੰਦਾ ਇੱਕ ਵਾਰ ਜਿਹੜਾ ਬੰਦਾ ਸਪੋਰਟਸ ਪਰਸਨ ਹੁੰਦਾ ਉਹ ਅੱਗੇ ਜਾ ਕੇ ਸਪੋਰਟਸ ਖੇਡੇ ਜਾਂ ਨਾ ਖੇਡੇ ਚਾਹੇ ਰਿਟਾਇਰ ਹੋ ਜੇ ਉਹਨੂੰ ਇੱਕ ਫਿਟਨੈਸ ਦੀ ਆਦਤ ਪੈ ਜਾਂਦੀ ਹੈ ਜਿਹਦੇ ਨਾਲ ਲਾਈਫ ਲੌਂਜੀਵਿਟੀ ਵਧਦੀ ਹੈਗੀ ਅਜੇ ਤੇ ਮੈਂ ਕਹਿੰਦਾ ਉਹ ਬੈਟਰ ਹੈ ਤੇ ਜਿੰਨਾ ਬੱਚਾ ਸਪੋਰਟਸ ਜਾਵੇ ਜੀ ਅਸੀਂ ਤਾਂ ਹੀ ਆ 10 ਏਕੜਸ ਗਰਾਊਂਡ ਬਣਾਇਆ ਤਾਂ ਕਿ ਜਿੰਨਾ ਪ੍ਰਮੋਟ ਕਰ ਸਕੀਏ ਉਹ ਨਹੀਂ ਹੋ ਪਾਜੀ ਸ਼ੁਕਰੀਆ ਬਹੁਤ ਵਧੀਆ ਲੱਗਦਾ ਹੈ ਹਾਂਜੀ ਸਾਡੇ ਨਾਲ ਮੌਜੂਦ ਨੇ ਮੱਕੜ ਜੀ ਮਲੋਜ ਮੱਕੜ ਜੀ ਜੋ ਜੀ ਅੱਜ ਸਪੈਸ਼ਲ ਐਕਸਕਲੂਸਿਵ ਇੰਟਰਵਿਊ ਅਸੀਂ ਨੇ ਹਾਲ ਜੀ ਦੀ ਦਰਨ ਆਈ ਸੀ ਤੇ ਉਹਨਾਂ ਦੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਨ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਬੜੀ ਵੱਡੇ ਪੱਧਰ ਤੇ ਇਹਨੇ ਹਾਲਜੀ ਨੇ ਨਾਮ ਰੋਸ਼ਨ ਕੀਤਾ ਹੈ ਕਿਵੇਂ ਦੇ ਦਿੱਤੇ ਉਹਨੂੰ ਕੀ ਦੇਣਾ ਚਾਹੁੰਦੇ ਸੀ ਮੈਂ ਕਹਿੰਦਾ ਇਸ ਤੋਂ ਵੱਡੀ ਅਚੀਵਮੈਂਟ ਕੋਈ ਨਹੀਂ ਹੋ ਸਕਦੀ ਤੁਸੀਂ ਕਦੀ ਸੁਣਿਆ ਇੱਕ ਇਨਿੰਗ ਵਿੱਚ 578 ਰਨ ਕਰਨਾ ਕਿਸੇ ਵੀ ਟਾਈਪ ਦੀ ক্রিকেট ਹੋਵੇ इवन ਤੁਸੀਂ ਘਰ ਵਿੱਚ ਵੀ ਖੇਡ ਰਹੇ ਹੋ ਤੇ 578 ਰਨ ਨਹੀਂ ਕਰ ਸਕਦੇ ਜੀ ਬਹੁਤ ਵੱਡੀ ਅਚੀਵਮੈਂਟ ਹੈ ਮੈਨੂੰ ਪ੍ਰਾਊਡ ਹੈ ਕਿ ਮੈਂ ਉਹਨੂੰ ਅੱਜ ਮਿਲਿਆ ਵਾਂ ਮੈਂ ਦੇਖਣਾ ਚਾਹੁੰਦਾ ਸੀ ਕਿ ਲੁਧਿਆਣਾ ਦੇ ਵਿੱਚ ਇੰਨਾ ਵੱਡਾ ਵਧੀਆ ਟੈਲੈਂਟ ਹੈ ਪਰ ਮੈਂ ਇਹ ਵੀ ਇੱਕ ਗੱਲ ਹੈ ਕਿ ਲੁਧਿਆਣਾ ਵਿੱਚ ਇੰਨਾ ਟੈਲੈਂਟ ਹੁੰਦੇ ਦੇ ਨਾਤੇ ਵੀ ਤੇ ਲੁਧਿਆਣੇ ਦੇ ਪਲੇਅਰਸ ਅਗੇ ਨਹੀਂ ਨਿਕਲ پا ਰਹੇ ਪਰ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਹਨੂੰ ਅੱਜ ਇਸ ਬੱਚੇ ਨੂੰ ਮਿਲਿਆ ਤੇ ਮੈਂ ਬਹੁਤ ਪ੍ਰਾਊਡ ਫੀਲ ਕਰ ਰਿਹਾ ਵੈਰੀ ਗੁੱਡ ਸਰ ਥੈਂਕ ਯੂ ਜੀ ਇਹ ਸਾਨੂੰ ਮਨੋਜ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਦਿੱਤੇ ਸਾਡੇ ਨਾਲ ਨਿਹਾਲ ਜੀ ਬਾਰੇ ਸਬਸਕ੍ਰਾਈਬ ਟੂ आवर YouTube ਚੈਨਲ ਨਿਊਜ਼ DNN ਬਾਈ ਕਲਿੱਕਿੰਗ ਦ ਬੈਲ ਆਈਕਨ ਡੋਨਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ